ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਮਿਆਣੀ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਸੱਸ ਤੇ ਆਪਣੇ ਸਾਲੇ ਨੂੰ ਦਿਨ ਦਹਾੜੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਸ਼ੀ ਭੁਪਿੰਦਰ ਸਿੰਘ ਨੇ ਬਹਾਨੇ ਨਾਲ ਆਪਣੀ ਸੱਸ ਸੁਰਿੰਦਰ ਕੌਰ ਅਤੇ ਸਾਲੇ ਲਵਪ੍ਰੀਤ ਨੂੰ ਘਰ ਬੁਲਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਦੋਸ਼ੀ ਨਸ਼ੇ ਦਾ ਆਦੀ ਹੋਣ ਕਾਰਨ ਆਪਣੀ ਪਤਨੀ ਨਾਲ ਲੜਾਈ ਝਗੜਾ ਵੀ ਕਰਦਾ ਸੀ। ਬੁਲਾਇਆ ਵੀ ਸਾਡਾ ਭਰਾ ਭਰਜਾਈ ਦੀ ਲੜਾਈ ਹੁੰਦੀ ਵੀ ਆਪਸ ਵਿੱਚ ਘਰ ਵਿੱਚ ਤੇ ਮੰਮੀ ਆ ਤੇ ਸਾਡੀ ਸੁਲਾ ਕਰਾ। ਉਹਨਾਂ ਧੋਖੇ ਨਾ ਬੁਲਾਇਆ ਬੱਚੇ ਸਾਡੇ ਨੂੰ ਵੀ ਤੇ ਮਾਂ ਨੂੰ ਵੀ ਨਾਲ ਉਹਨਾਂ ਨੂੰ ਮਾਰ ਹੀ ਦਿੱਤਾ। ਇੱਕ ਇੱਕ ਬੱਚਾ ਸੀ ਸਾਡਾ, ਗੱਡੀ ਚ ਬੈਠੇ ਮੁੰਡੇ ਨੂੰ ਗੋਲੀ ਮਾਰੀ ਗਏ। ਮਾਂ ਨੇ ਇੱਦਾਂ ਵੇਖਿਆ ਬੱਚੇ ਨੂੰ ਗੋਲੀ ਵੱਜ ਗਈ ਤੇ ਉੱਪਰ ਮਾਂ ਦੇ 2 ਗੋਲੀਆਂ ਮਾਰ ਦਿੱਤੀਆਂ। ਮੌਕੇ ਤੇ ਪੁੱਜੇ ਡੀਐਸਪੀ ਤਰਸੇਮ ਲਾਲ ਨੇ ਕਿਹਾ ਕਿ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਵਾਈਫ ਹੈ ਉਹ ਬੋਲ ਰਹੀ ਹੈ ਕਿ ਲਾਇਸੈਂਸੀ ਰਿਵਾਲਵਰ ਫਤਿਹਪੁਰ ਹੈ। ਸਰ ਅਰ ਪੁਲਿਸ ਨੇ ਆਪਣੇ ਐਫਆਈਆਰ ਦਾ 91 ਅੰਡਰ ਸੈਕਸ਼ਨ 25-27-58 ਜੋ ਮੁਜਰਮ ਹੈ ਭੁਪਿੰਦਰ ਸਿੰਘ ਉਹਦੇ ਖਿਲਾਫ ਦਰਜ ਕੀਤਾ। ਫਿਲਹਾਲ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਹੀ ਦੋਸ਼ੀ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ ਸੀ, ਜਿਸ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।